सचखंड श्री हजूर साहिब जत्था कमेटी और श्री गुरु नानक पूरा सिविल लाइन लुधियाना की ओर से 2 फरवरी से 10 फरवरी तक सरदार कुलदीप सिंह दीपा की अगुवाई में 350 यात्रियों को गुरु धाम के दर्शन करवाने के बाद सचखंड एक्सप्रेस द्वारा लुधियाना रेलवे स्टेशन पहुंचने पर निगम स्वागत किया गया और श्रद्धालुओं में बहुत उत्साह देखने को मिला। वाहेगुरु जी का खालसा, वाहेगुरु जी की फतेह। सचखंड श्री हजूर साहिब जत्था कमेटी वालों ਅਤੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਯਾਤਰਾ ਜਿਹੜੀ 2 ਫਰਵਰੀ ਨੂੰ ਗਈ ਸੀ ਉਹ ਅੱਜ 10 ਤਰੀਕ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚੀ ਆ। ਸਾਰੀਆਂ ਸੰਗਤਾਂ ਬੜੀ ਖੁਸ਼ੀ ਨਾਲ ਆਈਆਂ ਨੇ ਅਤੇ ਗੁਰੂ ਘਰ ਦਾ ਲੰਗਰ ਹਰ ਇੱਕ ਸਟੇਸ਼ਨ ਦੇ ਉੱਤੇ ਮਿਲਦਾ ਰਿਹਾ ਹੈ ਅਤੇ ਇਹ ਯਾਤਰਾ ਅਗਲੀ ਵਾਰ ਵੀ 2 ਫਰਵਰੀ ਨੂੰ ਹੀ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਸਤਿਖੰਡ ਸ੍ਰੀ ਹਜ਼ੂਰ ਸਾਹਿਬ ਜੱਥਾ ਕਮੇਟੀ ਵੱਲੋਂ ਤਖਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਨੰਦੇੜ ਲਈ ਯਾਤਰਾ ਲਈ ਜਾਂਦੀ ਆ। ਇਹ ਯਾਤਰਾ ਸਾਡੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਦਰਸ਼ਨ ਕਰਕੇ ਤਖਤ ਸਾਹਿਬ ਦੇ ਲੋਕਲ ਗੁਰਦੁਆਰਾ ਸਾਹਿਬ, ਨਾਨਕ ਝੀਰਾ ਸਾਹਿਬ ਅਤੇ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਜਨਮ ਸਥਾਨ 'ਤੇ ਸੰਗਤਾਂ ਨੂੰ ਦਰਸ਼ਨ ਕਰਾਏ ਗਏ। ਹਰ ਥਾਂ 'ਤੇ ਬੈਂਡ ਬਾਜਿਆਂ ਦੇ ਨਾਲ ਸੰਗਤਾਂ ਨੂੰ ਲੈ ਕੇ ਜਾਇਆ ਗਿਆ ਕਿਉਂਕਿ ਦੁਆਬਾ ਪਾਈਪ ਬੈਂਡ ਵਾਲੇ ਸਾਡੇ ਨਾਲ ਹੀ ਗਏ ਸਨ। ਸੰਗਤਾਂ ਉਹਨਾਂ ਤੋਂ ਵੀ ਬਹੁਤ ਖੁਸ਼ ਹਨ ਅਤੇ ਉਹ ਬੈਂਡ ਵਾਲੇ ਵੀਰ ਵੀ ਬਹੁਤ ਖੁਸ਼ ਨੇ ਵੀ ਸਾਨੂੰ ਹਰ ਸਾਲ ਹੀ ਪਰਮਾਤਮਾ ਬੁਲਾਵੇ ਅਤੇ ਅਸੀਂ ਇਸੇ ਤਰ੍ਹਾਂ ਆਉਂਦੇ ਰਹੀਏ ਸੰਗਤਾਂ ਦੇ ਨਾਲ। ਲੁਧਿਆਣਾ ਸੇ ਕੈਮਰਾਮੈਨ ਗੋਲਡੀ, ਸਿਟੀ ਹੋਮ ਨਿਊਜ਼।